ਇਹਦਾ ਤੇ ਉਹ ਹਾਲ ਬਣਿਆ ਭੁੱਖੇ ਦੀ ਧੀ ਰੱਜੀ ਤੇ ਖੇਡਾਂ ਲੱਗੀ ਜਿਹਦੀਆਂ ਤੂੰ ਰੀਸਾਂ ਕਰ ਰਹੀ ਹੈ ਨਾ ਮੇਰੀ ਭੈਣ ਦੀਆਂ ਉਹ ਇੱਥੇ ਵੀ ਰਾਣੀਆਂ ਵਾਲੀ ਜ਼ਿੰਦਗੀ ਜੀ ਕੇ ਗਈ ਹੈ ਤੇ ਅੱਗੇ ਵੀ ਮਹਾਰਾਣੀਆਂ ਵਾਲੀ ਜ਼ਿੰਦਗੀ ਜੀ ਉਹ ਸੂਟ ਲੈ ਹੀ ਨਹੀਂ ਸੀ ਰਹੀ ਉਹਨੂੰ ਮੈਂ ਲੈ ਕੇ ਦਿੱਤੇ ਨੇ ਉਹ ਮੇਰੀ ਹੀ ਰਹਿਣ ਦਿੰਦਾ ਘੱਟੋ ਘੱਟ ਧੰਨ ਹੈ ਜਿਗਰਾ ਉਸ ਕੁੜੀ ਦਾ ਉਹ ਜਿਹੜੀ ਤੇਰੇ ਵਰਗੇ ਨਾਲ ਟਾਈਮ ਕਰ ਨਹੀਂ ਮੰਮੀ ਜੀ ਮੈਂ ਨਹੀਂ ਪਾ ਸਕਦੀ ਮੈਂ ਇੱਕ ਗਰੀਬ ਘਰ ਦੀ ਧੀ ਹਾਂ ਮੇਰਾ ਪਿਓ ਗਰੀਬ ਹੈ ਔਰ ਗਰੀਬਾਂ ਦੀਆਂ ਧੀਆਂ ਐਡੇ ਮਹਿੰਗੇ ਸ਼ੌਂਕ ਨਹੀਂ ਕਰਦੀਆਂ ਹੁੰਦੀਆਂ ਮੰਮੀ ਜੀ ਮੈਂ ਖਰਚਾ ਵਾਵਾ ਹੀ ਹੋ ਗਿਆ ਨਾ ਓਕੇ ਆਏਗਾ ਸੂਟ ਬੜੇ ਸੋਹਣੇ ਆ ਗਏ ਨੇ ਇਹ ਜਿਹੜਾ ਮਹਿੰਗੇ ਵਾਲਾ ਸੂਟ ਹੈ ਨਾ ਇਹ ਤੇ ਮੈਂ ਪਾਵਾਂਗੀ ਸ਼ਾਮੀ ਜਦੋਂ ਪੂਜਾ ਕਰਾਂਗੇ ਨਾ ਤਾਂ ਪਾ ਲਾਂਗੇ ਠੀਕ ਹੈ ਓਏ 20,000 ਰੁਪਇਆ ਕੋਈ ਨਹੀਂ ਆ ਲੈਂਦੇ ਮੰਮੀ ਨੂੰ ਘਰ 20,000 ਰੁਪਇਆ ਖਰਚਤਾ ਨੇ ਇਹ ਹਾਲ ਹੈ ਇਹਨਾਂ ਨੂੰ ਏਟੀਐਮ ਫੜਾਉਣ ਦਾ ਉਹੀ ਜੇ ਇਹਨਾਂ ਨੂੰ ਹੱਥੀਂ ਪੈਸੇ ਫੜਾਏ ਹੁੰਦੇ ਤੇ ਤਾਂ ਠੀਕ ਸੀ ਨਾ ਕੰਮ ਚੱਲ ਤੂੰ ਖੁਸ਼ ਹੈ ਨਾ ਹਾਂ ਮੰਮੀ ਮੈਂ ਤਾਂ ਖੁਸ਼ ਤੇਰੀ ਖੁਸ਼ੀ 'ਚ ਮੇਰੀ ਖੁਸ਼ੀ ਹੈ ਹੁਣ ਬਸ ਪਾਰਲਰ ਵਾਲਾ ਕੰਮ ਰਹਿ ਗਿਆ ਤੇ ਕੋਈ ਨਹੀਂ ਉਹ ਨਾ ਤੁਸੀਂ ਅਲਾਹੀ ਨੂੰ ਰੱਖ ਲੈਣਾ ਤੇ ਮੈਂ ਪਾਰਲਰ ਚਲੀ ਜਾਵਾਂਗੀ ਮੈਂ ਰੱਖ ਲਾਂਗੀ ਹਾਂ ਤੇ ਟਿੰਮੀ ਦੀ ਰੋਟੀ ਖਵਾ ਦਾਂਗੇ ਟਿੰਮੀ ਨੂੰ ਰੋਟੀ ਠੀਕ ਹੈ ਚਲੋ ਮੰਮੀ ਮੈਂ ਨਾ ਚਾਹ ਬਣਾ ਲੈਂਦੀ ਹਾਂ ਖੋਲੋ ਬੂਆ ਕੀ ਗਾ ਟਿੰਮੀ ਬੜਾ ਗੁੱਸੇ 'ਚ ਹੈ ਕੀ ਹੋਇਆ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਤੁਹਾਨੂੰ ਕਿੰਨੇ ਪੈਸੇ ਲਾਣ ਨੂੰ ਕਹੇ ਸੀ ਔਰ ਕਿੰਨੇ ਖਰਚ ਕੇ ਆਏ ਹੋ ਪੁੱਤ ਲਾਣ ਤੋਂ ਜਿੰਨੇ ਵੀ ਕਹੇ ਸੀ ਹੁਣ ਮਹਿੰਗਾਈ ਆਉਂਦੀ ਹੈ 14,000 ਦੇ ਸੂਟ ਆ ਗਏ 4,000 ਦਾ ਮੇਰਾ ਆ ਗਿਆ 1,000-2,000 ਖਾਣ ਪੀਣ 'ਚ ਲੱਗ ਗਿਆ ਸੋਨੀ ਏ ਟੀ ਐਮ ਦੇ ਐਲ 20,000 ਰੁਪਇਆ ਲਾਇਆ ਤੂੰ ਆਪੇ ਤਾਂ ਕਿਹਾ ਸੀ ਪੁੱਤ ਵੀ ਜੋ ਪਸੰਦ ਆਏਗਾ ਲੈ ਲਿਓ ਹੁਣ ਗੁੱਸਾ ਕਿਉਂ ਕਰਦਾ ਹੈ ਆ ਜਾ ਸੋਨੇ ਬਹਿ ਜਾ ਲਾਣ ਨੂੰ ਮੰਮੀ ਮੈਂ ਤੁਹਾਨੂੰ ਆਪਣੇ ਤੇ ਕਿਹਾ ਸੀ ਇਹਦੇ ਤੇ ਖਰਚਣ ਨੂੰ ਨਹੀਂ ਸੀ ਕਿਹਾ 14,000 ਰੁਪਏ ਦੇ ਤੁਸੀਂ ਇਹਨੂੰ ਸੂਟ ਦਵਾਏ ਨੇ ਇਹਦੀ ਸ਼ਕਲ ਹੈ 14,000 ਦੇ ਸੂਟਾਂ ਵਾਲੀ ਹਾਂਡੀ ਦਾ ਮੂੰਹ ਖੁੱਲ੍ਹਾ ਹੋਇਆ ਨਾ ਕੁੱਤੇ ਨੂੰ ਸ਼ਰਮ ਚਾਹੀਦੀ ਆਪਣੀ ਔਕਾਤ ਵੇਖ ਕੇ ਸੂਟ ਲੈਂਦੀ ਇੰਨੀ ਹੈ ਤੇਰੀ ਹੈਸੀਅਤ ਤੂੰ ਇੰਨੇ ਮਹਿੰਗੇ ਸੂਟ ਪਾਏਂਗੀ ਮੰਮੀ ਨੂੰ ਮਨਾ ਕਰ ਸਕਦੀ ਸੀ ਨਾ ਕਿ ਮੈਂ ਨਹੀਂ ਲੈਣੇ ਇੰਨੇ ਮਹਿੰਗੇ ਸੂਟ ਟਿੰਮੀ ਫਿਰ ਕੀ ਹੋ ਗਿਆ ਤੇਰੀ ਘਰ ਵਾਲੀ ਹੈ ਸੂਟ ਹੀ ਤਾਂ ਲੈਣੇ ਉਹਨੇ ਮੈਨੂੰ ਵੀ ਪਤਾ ਮੇਰੀ ਘਰ ਵਾਲੀ ਹੈ ਜ਼ਬਰਦਸਤੀ ਗੱਲ ਪਾਈ ਹੈ ਤੁਸੀਂ ਮੇਰੇ ਤੁਹਾਡੀ ਪਸੰਦ ਸੀ ਨਹੀਂ ਤਾਂ ਇਹੋ ਜਿਹੇ ਨੰਗੜਾਂ ਦੇ ਘਰ ਮੈਂ ਕਦੀ ਵੀ ਨਾ ਵਿਆਹ ਕਰਾਂਦਾ ਇਹਦਾ ਤੇ ਉਹ ਹਾਲ ਬਣਿਆ ਭੁੱਖੇ ਦੀ ਧੀ ਰੱਜੀ ਤੇ ਖੇਡਾਂ ਲੱਗੀ ਜਿਹਦੀਆਂ ਤੂੰ ਰੀਸਾਂ ਕਰ ਰਹੀ ਹੈ ਨਾ ਮੇਰੀ ਭੈਣ ਦੀਆਂ ਉਹ ਇੱਥੇ ਵੀ ਰਾਣੀਆਂ ਵਾਲੀ ਜ਼ਿੰਦਗੀ ਜੀ ਕੇ ਗਈ ਹੈ ਤੇ ਅੱਗੇ ਵੀ ਮਹਾਰਾਣੀਆਂ ਵਾਲੀ ਜ਼ਿੰਦਗੀ ਜੀ ਰਹੀ ਹੈ ਤੇ ਤੂੰ ਜਿੰਨੇ ਦੇ ਸੂਟ ਲਿਆਂਦੇ ਇੰਨੇ ਤੇਰੇ ਪਿਓ ਦੀ ਤਨਖਾਹ ਹੈ ਸ਼ਰਮ ਨਹੀਂ ਆਈ ਆਪਣੀ ਔਕਾਤ 'ਚ ਰਹਿ ਕੇ ਬੰਦੇ ਨੂੰ ਚੀਜ਼ ਲੈਣੀ ਚਾਹੀਦੀ ਹੱਥ ਪਾਉਣਾ ਚਾਹੀਦਾ ਤੂੰ ਤੇ ਉਹ ਕੰਮ ਕੀਤਾ ਤੈਨੂੰ ਉਂਗਲ ਫੜਾਈ ਹੈ ਸਿਰ 'ਤੇ ਚੜ੍ਹ ਕੇ ਨੱਚਣ ਲੱਗ ਗਈ ਹੈ ਤੂੰ ਟਿੰਮੀ ਤੇਰਾ ਕਿੰਨਾ ਹੀ ਦਿਮਾਗ ਖਰਾਬ ਹੈ ਕਿੰਨਾ ਜ਼ਿਆਦਾ ਬੋਲ ਗਿਆ ਤੂੰ ਤੈਨੂੰ ਪਤਾ ਉਹ ਸੂਟ ਲੈ ਹੀ ਨਹੀਂ ਸੀ ਰਹੀ ਉਹਨੂੰ ਮੈਂ ਲੈ ਕੇ ਦਿੱਤੇ ਨੇ ਉਹ ਮੇਰੀ ਹੀ ਰਹਿਣ ਦਿੰਦਾ ਘੱਟੋ ਘੱਟ ਧੰਨ ਹੈ ਜਿਗਰਾ ਉਸ ਕੁੜੀ ਦਾ ਉਹ ਜਿਹੜੀ ਤੇਰੇ ਵਰਗੇ ਨਾਲ ਟਾਈਮ ਕੱਢ ਰਹੀ ਹੈ ਕੁਛ ਫਾਲਤੂ ਨਹੀਂ ਬੋਲਿਆ ਬਿਲਕੁਲ ਸਹੀ ਬੋਲਿਆ ਲਗਾਮ ਲਾ ਕੇ ਰੱਖਣੀ ਪੈਂਦੀ ਹੈ ਨਹੀਂ ਤੇ ਇਹੋ ਜਿਹੀਆਂ ਗਰੀਬ ਘਰੋਂ ਆਈਆਂ ਨਾ ਪੈਸਾ ਵੇਖ ਕੇ ਮਿੰਟ 'ਚ ਹੱਥੋਂ ਨਿਕਲਦੀਆਂ ਨੇ ਉਹ ਚਲੋ ਤੁਸੀਂ ਕਿਉਂ ਆਪਣਾ ਮੂਡ ਖਰਾਬ ਕਰ ਰਹੇ ਹੋ ਲਿਆਓ ਦਿਖਾਓ ਕਿਹੋ ਜਿਹਾ ਸੂਟ ਲਿਆਂਦਾ ਵੇਖਾਂ ਮੈਂ ਉਹ ਚੱਲ ਛੱਡ ਦਿਖਾਓ ਤੈਨੂੰ ਸੂਟ ਸੋਨੇ ਤੂੰ ਰੋ ਰਹੀ ਹੈ ਨਹੀਂ ਮੰਮੀ ਨਹੀਂ ਰੋ ਰਹੀ ਚੁੱਪ ਕਰ ਮੇਰੇ ਤੇ ਸੁੱਕੀ ਸਾਂਦੀ ਨਹੀਂ ਰੋਈਦਾ ਰੋਵਾਂ ਨਾ ਤੇ ਕੀ ਕਰਾਂ ਮੰਮੀ ਮੈਂ ਮੰਨਿਆ ਮੈਂ ਗਰੀਬ ਘਰ ਦੀ ਹਾਂ ਪਰ ਇੰਨੀ ਬੇਇੱਜ਼ਤੀ ਤੂੰ ਉਹਦੀ ਗੱਲਾਂ ਵੱਲ ਧਿਆਨ ਨਾ ਦੇ ਉਹ ਇੱਕ ਬਦਤਮੀਜ਼ ਇਨਸਾਨ ਹੈ ਉਹਨੂੰ ਮੈਂ ਆਪ ਸੁਧਾਰ ਲਵਾਂਗੀ ਮੰਮੀ ਜੀ ਜਿੱਥੋਂ ਡਰੈਸ ਔਰ ਸੂਟ ਲਿਆਂਦਾ ਸੀ ਉਹ ਦੁਕਾਨਦਾਰ ਤੁਹਾਡਾ ਜਾਣਕਾਰ ਹੈ ਨਾ ਕੱਲ੍ਹ ਤਾਂ ਚਲੋ ਵਰਤ ਹੈ ਪਰਸੋਂ ਨਾ ਮੈਂ ਜਾ ਕੇ ਮੋੜ ਆਵਾਂਗੀ ਉਹਨਾਂ ਨੂੰ ਕੱਪੜੇ ਕਿਉਂ ਵਾਪਸ ਕਰਨੇ ਨੇ
नहीं मम्मी जी, मैं नहीं पा सकती, मैं एक गरीब घर की धी हाँ। मेरा प्यो गरीब है और गरीबा दिया धियाँ एडे महंगे शौक नहीं कर दिया होंदिया। कोई नहीं, तेरा प्यो गरीब है। जिस प्यो नूं रब ने धी की दात दी होंदी है ना, वह दुनिया का सब तो अमीर आदमी होंदा है। क्यों? वह धी का धन नहीं होंदा। पर बाकी जिहड़ियां इन्ने गल्लां कीतियां ने ना टिम्मी नूं, ते मैं आप सुधार लाँगी। तू मेरे ते टेंशन ना लै, तो उठ के अपने त्यार की तैयारी कर। मम्मी, वह आंटी दी नूं मैनूं बुलाण ते आई नहीं अजे तक। कोई नहीं, टाइम तो हो ही गया, होर 10 मिनट तक तैनूं बुलाण आ जाणी है। तू तैयार तो हो ही नहीं ना, तू अपनी ड्रैस पाई है ना, चूड़ियाँ सैट पाया ना, तू मेकअप लाया। गुस्सा कर ही गई है टिम्मी दी गल्लां दा। गुस्सा? मम्मी जी, ऐनी मेरी औकात है कि मैं किसी नाल गुस्सा कर जां, वह भी अमीर लोगों नाल। गल कर दे तुसी पाए लाए दी, तो मम्मी जी जिदे लिए मैं पाना लाना है, जद ओ ही मेरे पाए लाए तो खुश नहीं, तो तैयार मैं लोगों वास्ते थोड़ी होना सी। मैं लगता वो आ गई ने, मैं चल दी। ओ कित्थे सोनी, उन्हें को चाह बनाए। वह पूजा करन गई है, चाह तैनूं मैं पिया देनी हाँ। वैसे एक सोचने वाली गल है टिम्मी, सोनी का प्यो तो पैसे हथों गरीब से, और तू तो दिल का भी गरीब निकलिया। कल तू मैनू कह रहा सी ना, यह गरीबड़ी जी मेरे पल्ले बनती जे, और मैं तो यह सोच के लियाई सी चल मेरा बुढ़ापा सुधरेगा, मेरे स्वर्गों के राह खुलणगे, कि मैं किसी गरीब की धी बिना दाज दहेज तो लैके आई हाँ, मेरे घर कहड़ा किसी गल की कमी। पर तेरिया हरकत देख के ना, तो मैनू इंज लगता है कि दुनिया का सब तो वड्डा पाप मैं किया जिहड़ा इहनू मैं तेरे नाल व्याहता। काका कल तू की किया, उहदी इन्नी बेइज्जती की, औकात तक गिणती, उहदे प्यो नूं भी नहीं दित्ता। उहने अगे पता की किया, भुखी प्यासी रह के तेरे लिए व्रत रखिया, वह ड्रैसा तो छड्ड, और जिहड़ा फ्रूट लैके आई सी ना उहने वह भी नहीं खाधा, सिर्फ एक कप चाह पी के ना व्रत रखे उन्हें। किदे लिए? तेरे लिए। कल जिहड़ी उह एडे शौक नाल ड्रैसा लैके आई है, जदों पाणियां सी इज्जत किहदी बनी सी? तेरी। पुराना सूट पा गई है काका, तू इज्जत लैण दे लायक दा नहीं है। मैनूं लगदा पेके तां जिहड़ा गरीब है सी उह ते है ही सी, सोहरे उस तों वी ज़्यादा गरीब ते फकीर निकले। की गल पुत, नेवी पा ली, आ गई शर्म? आनी भी चाहिए है। चंगा होए ना तो सोनी को माफ़ी मांग ली, और आज तो बाद तौबा कर दी, जिंदगी कभी उसकी बेइज्जती नहीं करेगा। क्यों? तेरे घर भी धी जम्मी है, पुत वक्त का कोई पता नहीं, उस वाहगुरु को डर के रही दे। अपने घरवाली की कभी बेइज्जती ना करी, क्योंकि वह भी किसी की धी भैन। सही गल है मम्मी, घर आंदी मैं माफ़ी मंगा ना वो, पर कभी जिंदगी जो दोबारा बेइज्जती नहीं। बहुत घर अदा हों, घरवाली मेहने मारे जाते हैं, वो पेकिया लैके उन्होंने मेहने मारे जाते हैं, जे वे पेके गरीब ने उस गल के उन्होंने बार बार ताने दिते जाते हैं। सो ये चंगिया गल् नहीं, क्योंकि जी थी घरवाली है वो थोड़ी इज्जत है, नाल उस घर की लक्ष्मी है। सो अपनी घरवाली की इज्जत कराया करो। वीडियो तुहानू किद्दां दी लगी कमेंट करके जरूर दस्सो, वीडियो नू लाइक भी जरूर कर दो, और शेयर तो जरूर करना। बाकी जिहड़े सानू यूट्यूब उत्ते नवें देख रहे, साडे चैनल नू सबसक्राइब कर लो, बैल आइकन का बटन जरूर दबा लियो, ताकि जदों भी असी नवी वीडियो अपलोड करिए ते तुहाडे कोल नोटिफिकेशन पहुँच जाए। और जिहड़े सानू फेसबुक के उत्ते नवें देख रहे, साडे पेज नू फॉलो कर लो। मिलते हैं जी तुहानू एक होर नवी वीडियो दे नाल, एक होर नवें मैसेज दे नाल। हुण दिओ जी इजाजत, सत श्री अकाल।